2 ਮਹੀਨੇ ਦੇ ਲੋਕਡਾਊਨ ਨੇ ਦੁਨੀਆ ਦੇ ਵੱਡੇ ਵੱਡੇ ਦੇਸ਼ ਝੁਕਾ ਕੇ ਰੱਖ ਦਿੱਤੇ ਆ ਕਈਆਂ ਦੇਸ਼ਾਂ ਦੇ ਵਿੱਚ ਤਾਂ ਖਾਣੇ ਦੇ ਹਾਲਾਤ ਭੋਜਨ ਨਹੀਂ ਪੂਰਾ ਮਿਲ ਰਿਹਾ ਭਾਰਤ ਵਰਗਾ ਦੇਸ਼ ਜਿੱਥੇ ਕਿ 130 ਕਰੋੜ ਦੀ ਜਨਸੰਖਿਆ ਹੈ ਪੂਰੀ ਜਨਸੰਖਿਆ ਦਾ પેટ ਭਰ ਰਿਹਾ ਇਹਦੇ ਨਾਲ ਨਾਲ ਭਾਰਤ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਕਿਤੇ ਖਾਣੇ ਦੀ ਜ਼ਰੂਰਤ ਹੈ ਖਾਣਾ ਭੇਜ ਰਿਹਾ ਮਤਲਬ ਕਿ ਅਨਾਜ ਦਾ ਐਕਸਪੋਰਟ ਕਰ ਰਿਹਾ ਇਹ ਸਾਰਾ ਕੁਝ ਹੋ ਸਕਿਆ ਹੈ ਕਿਸਾਨਾਂ ਦੀ ਮਿਹਨਤ ਦੇ ਸਦਕਾ ਕਿਸਾਨਾਂ ਨੂੰ ਇੰਤਜ਼ਾਰ ਸੀਗਾ ਕਿ ਜਿਹੜਾ 20 ਲੱਖ ਕਰੋੜ ਦਾ ਪੈਕੇਜ ਹੈ ਇਹਦੇ ਵਿੱਚ ਕਿਸਾਨਾਂ ਨੂੰ ਵੀ ਕੁਝ ਖਾਸ ਮਿਲੇਗਾ ਤਾਂ ਭਾਰਤ ਸਰਕਾਰ ਨੇ ਤੀਜੇ ਦਿਨ ਦੇ ਐਲਾਨ ਵਿੱਚ ਕਿਸਾਨਾਂ ਦੇ ਲਈ ਕੁਝ ਘੋਸ਼ਨਾਵਾਂ ਕੀਤੀਆਂ ਇਸ ਵੀਡੀਓ ਦੇ ਵਿੱਚ ਮੈਂ ਉਹਨਾਂ ਦੇ ਬਾਰੇ ਗੱਲ ਕਰਾਂਗਾ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਜੋ ਤੁਸੀਂ ਚਾਹੁੰਦੇ ਸੀਗੇ ਉਹੋ ਜਿਹਾ ਕੋਸ਼ਨਾ ਕੋਈ ਨਹੀਂ ਹੈਗੀ ਤਾਂ ਫਿਰ ਸਭ ਤੋਂ ਪਹਿਲਾਂ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦੇ ਐ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਐਗਰੀਕਲਚਰ ਸੈਕਟਰ ਨੂੰ ਰਾਹਤ ਦਿੱਤੀ ਹੈ ਜਾਂ ਉਹ ਪੈਕੇਜ ਦਿੱਤਾ ਉਹ ਕੇਵਲ ਤੇ ਕੇਵਲ ਜੁਮਲਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿਉਂ ਕਹਿਣਾ ਹੈ ਕਿਉਂਕਿ ਹਾਲਾਤ ਕੀ ਹੋਇਆ ਕਿ ਜਿਹੜਾ ਤਾਂ ਕਿਸਾਨ ਸਧਾਰਨ ਖੇਤੀ ਕਰਦਾ ਸੀ ਕਣਕ, ਬੀਜੀ ਸੀਗੀ ਕਿਸੇ ਨੇ ਛੋਲੇ ਵਿਜੇ ਸੀ ਕਿਸੇ ਨੇ ਸਰੋਂ ਵਿਜੀ ਸੀ ਜਿਉਂ ਵਿਜੇ ਸੀਗੇ ਉਹ ਤਾਂ ਵਿਗ ਗਏ ਤੇ ਉਹਨਾਂ ਦੇ ਉੱਪਰ ਲਾਕਡਾਊਨ ਦਾ ਕੋਈ ਅਸਰ ਵੀ ਨਹੀਂ ਪਿਆ ਪਰ ਜਿਹੜੇ ਅਗਾ ਵਧੂ ਕਿਸਾਨ ਡੇਰੀ ਫਾਰਮਿੰਗ ਕਰ ਰਹੇ ਸੀਗੇ ਜਿਹੜੇ ਕਿਸਾਨ ਫੁੱਲਾਂ ਦੀ ਖੇਤੀ ਕਰ ਰਹੇ ਸੀ ਸਬਜ਼ੀਆਂ ਦੀ ਖੇਤੀ ਕਰ ਰਹੇ ਸੀ ਸ਼ਹਿਦ ਦੀ ਖੇਤੀ ਕਰ ਰਹੇ ਸੀ ਮੁਰਗੀ ਪਾਲਣ ਕਰ ਰਹੇ ਸੀ ਜਾਂ ਹੋਰ ਸਹਾਇਕਤੰਦੇ ਕਰ ਰਹੇ ਸੀਗੇ ਉਨ੍ਹਾਂ ਦੀ ਕਮਰ ਇਸ ਲੋਕਡਾਊਨ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਟੁੱਟ ਗਈ ਹੈ। ਬਹੁਤਿਆਂ ਨੂੰ ਆਪਣੀਆਂ ਸਬਜ਼ੀਆਂ ਆਪਣੇ ਫੁੱਲ ਖੇਤਾਂ 'ਚ ਬੋਹਣੇ ਪਏ, ਕਈਆਂ ਨੂੰ ਮੁਰਗੀਆਂ ਤੇ ਆਂਡੇ ਜਿਹੜੇ ਹੈਗੇ ਐ ਖਾਲੀ ਜਗ੍ਹਾ ਦੇ ਉੱਪਰ ਸੁੱਟਨੇ ਪਏ। ਤਾਂ ਇਸ ਸਮੇਂ ਉਮੀਦ ਕੀਤੀ ਜਾ ਰਹੀ ਸੀ ਕਿ ਕਿਸਾਨਾਂ ਨੂੰ ਕੋਈ ਡਾਇਰੈਕਟ ਬੈਨੀਫਿਟ ਹੋਵੇਗਾ। ਪਰੰਤੂ ਇਸ ਪੈਕੇਜ ਨੂੰ ਦੇਖ ਕੇ ਲੱਗਦਾ ਹੈ ਕਿ ਇਹਦੇ ਵਿੱਚ ਕਿਸਾਨਾਂ ਨੂੰ ਕੋਈ ਡਾਇਰੈਕਟ ਬੈਨੀਫਿਟ ਨਹੀਂ ਹੋਇਆ। ਪਰੰਤੂ ਹੁਣ ਭਾਰਤ ਸਰਕਾਰ ਦਾ ਜੋ ਪੈਕੇਜ ਹੈ ਉਹ ਕੀ ਹੈ ਉਹ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਇੱਥੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਨੂੰ ਤਰੱਕੀ ਦੇ ਨਾਸਤੇ ਕਿਸਾਨੀ ਤੇ ਖੇਤੀਬਾੜੀ ਨਾਲ ਸੰਬੰਧਿਤ ਕੰਮਾਂ ਨੂੰ ਚਾਲੂ ਕਰਨ ਵਾਸਤੇ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਵਾਸਤੇ ਕਈ ਸਾਰੇ ਸੁਧਾਰ ਕੀਤੇ ਗਏ ਐ ਤੇ ਕਾਫੀ ਫੰਡ ਦਾ ਜਿਹੜਾ ਹੈਗਾ ਇਹਦੇ ਵਿੱਚ ਫੰਡ ਰੱਖਿਆ ਗਿਆ ਹੈ ਤਾਂ ਕਿਸ-ਕਿਸ ਚੀਜ਼ ਲਈ ਫੰਡ ਰੱਖਿਆ ਗਿਆ ਉਹ ਮੈਂ ਇੱਥੇ ਤੁਹਾਨੂੰ ਦੱਸਣ ਜਾ ਰਿਹਾ ਹਾਂ ਸਭ ਤੋਂ ਪਹਿਲੀ ਗੱਲ ਕਿਸਾਨਾਂ ਦੇ ਫਾਰਮ ਗੇਟਾਂਚੇ ਲਈ ਖੇਤੀ ਢਾਂਚਾ ਫੰਡ 1 ਲੱਖ ਕਰੋੜ ਰੁਪਇਆ ਫਾਇਦਾ ਕਿਸਾਨਾਂ ਦਾ ਹੀ ਹੋਏਗਾ ਲੇਕਿਨ ਆਮ ਕਿਸਾਨ ਇਹਦਾ ਕੋਈ ਫਾਇਦਾ ਨਹੀਂ ਲੈ ਸਕੇਗਾ ਕੇਵਲ ਉਹ ਕਿਸਾਨ ਜਿਹੜੇ ਕਿ ਕੋਈ ਆਪਣੀਆਂ ਸੁਸਾਇਟੀ ਬਣਾਉਂਦੇ ਐ ਜਿਨ੍ਹਾਂ ਨੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਈਆਂ ਜਾਂ ਜਿਹੜੇ ਖੇਤੀ ਦੇ ਸਟਾਰਟਅਪ ਐ ਉਹ ਫਸਲ ਦੀ ਕਟਾਈ ਤੋਂ ਬਾਅਦ ਇੱਕ 인ਫਰਾਸਟਰਕਚਰ ਡਿਵੈਲਪਮੈਂਟ ਕਰਨਗੇ ਉਸ ਫਸਲ ਨੂੰ ਸੰਭਾਲਣ ਦਾ ਉਸ ਤੋਂ ਅੱਗੇ ਜਿਹੜਾ ਹੈਗਾ ਮੰਡੀ ਕਰਨ ਦਾ ਤਾਂ ਉਹਦੇ ਆਸਤੇ ਸਰਕਾਰ 1 ਲੱਖ ਕਰੋੜ ਰੁਪਇਆ ਦੇਵੇਗੀ ਦੂਸਰੀ ਸਕੀਮ ਹੈਗੀ ਹੈ ਮਾਈਕਰੋ ਫੂਡ ਆਦਾਰਿਆਂ ਲਈ ਇਹਦੇ ਵਿੱਚ 10000 ਕਰੋੜ ਰੁਪਇਆ ਦਿੱਤਾ ਗਿਆ ਹੈ ਹੁਣ ਇਹਦੇ ਵਿੱਚ ਵੀ ਕਿਹਨੂੰ ਫਾਇਦਾ ਮਿਲੇਗਾ ਇਹਦੇ ਵਿੱਚ 2 ਲੱਖ ਮਾਈਕਰੋ ਫੂਡ ਆਦਾਰੇ ਜਿਹੜੇ ਹੋਣਗੇ ਇਹ ਕੀ ਕਰਨਗੇ ਇਹਦੇ ਵਿੱਚ ਕੁਝ ਸੈਲਫ ਹੈਲਪ ਗਰੁੱਪ ਹੋਣਗੇ ਕੁਝ ਕੋਆਪਰੇਟਿਵ ਸੁਸਾਇਟੀਆਂ ਹੋਣੀਆਂ ਕੁਝ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੋਣੀਆਂ ਜਿਹੜੀਆਂ ਕਿ ਅਲੱਗ-ਅਲੱਗ ਕਲਸਟਰ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਫੂਡ ਪ੍ਰੋਸੈਸਿੰਗ ਦੇ ਨਾਲ ਸਬੰਧਿਤ ਕੰਮ ਕਰਨਗੇ ਉਹਨਾਂ ਨੂੰ 10000 ਕਰੋੜ ਰੁਪਇਆ ਦਿੱਤਾ ਗਿਆ ਕਦਮ ਠੀਕ ਹੈ ਕਦਮ ਗਲਤ ਨਹੀਂ ਪਰੰਤੂ ਜੋ ਕਿਸਾਨ ਚਾਹ ਰਿਆ ਸੀ ਕਿ ਉਹਨੂੰ ਡਾਇਰੈਕਟ ਬੈਨੀਫਿਟ ਹੋਵੇ ਉਹ ਨਹੀਂ ਹੋਇਆ ਕਦਮ ਇਹ ਠੀਕ ਹੈ ਕਿ ਕਿਸਾਨ ਦੀ ਜਿਹੜੀ ਉਪਜ ਹੈ ਉਹ ਖਰਾਬ ਹੋ ਰਹੀ ਹੈ ਕਿਸਾਨ ਦੀ ਉਪਜ ਦਾ ਪੂਰਾ ਮੁੱਲ ਨਹੀਂ ਮਿਲਦਾ ਜੇਕਰ ਉਸ ਦੀ ਉਪਜ ਦੀ ਅੱਗੇ ਪ੍ਰੋਸੈਸਿੰਗ ਹੋਣ ਲੱਗ ਪਵੇ ਇਹੋ ਜੇ ਯੂਨਟ ਕਿਸਾਨ ਮਿਲ ਕੇ ਲਗਾ ਲੈਣ ਤਾਂ ਕਿਸਾਨ ਨੂੰ ਆਪਣੀ ਫਸਲ ਦਾ ਪੂਰਾ ਮੁੱਲ ਮਿਲ ਸਕਦਾ ਹੈ ਮਛੇਰੀਆਂ ਆਸਤੇ ਜਿਹੜੇ ਕਿ ਮੱਛੀਆਂ ਫੜਦੇ ਐ ਉਹਨਾਂ ਆਸਤੇ 20000 ਕਰੋੜ ਰੁਪਇਆ ਇਹਦੇ ਵਿੱਚ ਰੱਖਿਆ ਗਿਆ ਹੈ ਇਹਦੇ ਵਿੱਚ ਵੀ ਇਹੀ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ ਕਿ ਜੋ ਕਿਸਾਨ ਦੀ ਇਹ ਪ੍ਰੋਡਿਊਸ ਹੈ ਉਸ ਪ੍ਰੋਡਿਊਸ ਨੂੰ ਮੰਡੀ ਤੱਕ ਪਹੁੰਚਾਇਆ ਜਾਵੇ ਵੈਲਿਊ ਐਡੀਸ਼ਨ ਕਰਕੇ ਉਹਨੂੰ ਪ੍ਰੀਜ਼ਰਵ ਕਰਕੇ ਉਹਨੂੰ ਖਰਾਬ ਹੋਣ ਤੋਂ ਬਚਾਉਣ ਬਚਾ ਕੇ ਕਿਉਂਕਿ ਇਸ ਲੋਕਡਾਊਨ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਇਹੀ ਹੋਇਆ ਕਿ ਜਿਹੜੀ ਸਾਡੀ ਫਸਲ ਸੀਗੀ ਜਿਹੜੀ ਖਰਾਬ ਹੋਣ ਵਾਲੀਆਂ ਫਸਲਾਂ ਸੀਆਂ ਉਹਨਾਂ ਦੀ ਸੰਭਾਲ ਨਹੀਂ ਕਰ ਪਾਏ ਆਪਾਂ ਕੇਵਲ 50 ਦਿਨ ਤੱਕ ਨਹੀਂ ਸਾਮ ਸਕੇ ਤਾਂ ਸਰਕਾਰ ਨੇ ਕਿ ਇਹੋ ਜਿਹਾ ਢਾਂਚਾ ਵਿਕਸਤ ਕਰਨ ਵਾਲੇ ਪਾਸੇ ਜਿਹੜਾ ਹੈਗਾ ਜ਼ੋਰ ਦਿੱਤਾ ਹੈ ਕਿ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਮੰਡੀ ਤੱਕ ਪਹੁੰਚਾਇਆ ਜਾ ਸਕੇ ਤਾਂ ਇਸੇ ਤਰੀਕੇ ਦੇ ਨਾਲ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ ਹੈ। ਇਹਦੇ ਵਿੱਚ ਇਹਨਾਂ ਨੇ ਜਿਹੜੀਆਂ ਪਸ਼ੂਆਂ ਨੂੰ ਬਿਮਾਰੀ ਹੁੰਦੀ ਹੈ ਉਹਨਾਂ ਦੇ ਟੀਕਾ ਕਰਨ ਵਾਸਤੇ ਇਹ ਕੁਝ ਪੈਸਾ ਰੱਖਿਆ ਤੇ ਇਹ ਕਿਹਾ ਗਿਆ ਹੈ ਕਿ ਪਸ਼ੂਆਂ ਨੂੰ ਟੀਕਾ ਕਰਨ ਕਰਕੇ ਜਿਹੜੀਆਂ ਪਸ਼ੂਆਂ ਦੀਆਂ ਭਿਆਨਕ ਬਿਮਾਰੀਆਂ ਉਹਨਾਂ ਨੂੰ ਹਮੇਸ਼ਾ ਵਾਸਤੇ ਭਾਰਤ ਵਿੱਚੋਂ ਖਤਮ ਕੀਤਾ ਜਾਊਗਾ। ਪਸ਼ੂ ਪਾਲਣ ਦਾ ਵੀ ਢਾਂਚਾ ਵਿਕਾਸ ਫੰਡ ਰੱਖਿਆ ਹੈ ਜਿਹਦੇ ਵਾਸਤੇ 15000 ਕਰੋੜ ਰੁਪਈਆ ਇਹਨਾਂ ਨੇ ਦਿੱਤਾ ਹੈ। 15000 ਕਰੋੜ ਰੁਪਏ ਦੇ ਨਾਲ ਡੇਰੀ ਫਾਰਮਿੰਗ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਡੇਰੀ ਦੀ ਪ੍ਰੋਸੈਸਿੰਗ ਵੈਲਿਊ ਐਡੀਸ਼ਨ ਪਸ਼ੂ ਫੀਡ ਦੀ ਤਿਆਰੀ ਪਸ਼ੂ ਫੀਡ ਬਣਾਉਣੀ ਤੇ ਡੇਰੀ ਨਾਲ ਸੰਬੰਧਿਤ ਉਤਪਾਦ ਬਣਾਉਣ ਦੇ ਕਾਰਖਾਨਿਆਂ ਦੇ ਲਈ 15000 ਕਰੋੜ ਰੁਪਏ ਰਾਖਮਾਂ ਰੱਖਿਆ ਦੇਖੋ ਚੀਜ਼ਾਂ ਡਾਇਰੈਕਟਲੀ ਕਿਸਾਨ ਨੂੰ ਕੋਈ ਬੈਨੀਫਿਟ ਨਹੀਂ ਹੋ ਰਿਹਾ ਪਰੰਤੂ ਜੇ ਕਿਸਾਨ ਅਗਾਹ ਵਧ ਕੇ ਨੌਜਵਾਨ ਮੁੰਡੇ ਇਹ ਪ੍ਰੋਜੈਕਟ ਲਗਾਉਂਦੇ ਆ ਤਾਂ ਉਹਨਾਂ ਨੂੰ ਫਾਇਦਾ ਜ਼ਰੂਰ ਹੋ ਸਕਦਾ ਨਹੀਂ ਤਾਂ ਕੁਝ ਵੀ ਨਹੀਂ ਹੈ ਹਰਬਲ ਖੇਤੀ ਨੂੰ ਉਤਸ਼ਾਹਿਤ ਕਰਨ ਵਾਸਤੇ 4000 ਕਰੋੜ ਰੁਪਏ ਰੱਖੇ ਗਏ ਹੈ ਮਧੂਮੱਖੀ ਪਾਲਨ ਦੇ ਲਈ 500 ਕਰੋੜ ਰੁਪਏ ਹੈ ਜਿਹਦੇ ਨਾਲ ਸਰਕਾਰ ਕੀ ਕੰਮ ਕਰੇਗੀ ਦੇਖੋ ਕਿ ਮਧੂਮੱਖੀ ਦੇ ਵਿੱਚ ਜਿਹੜੇ ਮੇਰੇ ਵੀ ਮਧੂਮੱਖੀ ਪਾਲਨ ਕਰਦੇ ਆ ਉਹ ਇਹ ਜਾਣਦੇ ਆ ਕਿ ਇਹ ਸ਼ਹਿਦ ਦਾ ਫਿਲਟਰ ਕਰਨਾ ਸ਼ਾਇਦ ਕਲੈਕਸ਼ਨ ਸੈਂਟਰ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਪ੍ਰੋਸੈਸਿੰਗ ਦੇ ਵਿੱਚ ਕਾਫੀ ਦਿੱਕਤਾਂ ਹੈਗੀਆਂ ਤਾਂ ਇਸ ਪੈਸੇ ਦਾ ਕਿਸ ਕੰਮ ਲਈ ਵਰਤਿਆ ਜਾਊਗਾ ਕਿ ਮੱਖੀ ਪਾਲਣ ਵਿਕਾਸ ਕੇਂਦਰ ਸੰਗ੍ਰਹਿ ਮਾਰਕੀਟਿੰਗ ਤੇ ਭੰਡਾਰਨ ਕੇਂਦਰ ਦਾ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਊਗਾ ਤੇ ਮੱਖੀ ਪਾਲ ਦੇ ਪ੍ਰਜਨਨ ਦੇ ਉੱਪਰ ਧਿਆਨ ਦਿੱਤਾ ਜਾਊਗਾ 2 ਲੱਖ ਮੱਖੀ ਪਾਲਕਾਂ ਦੀ ਆਮਦਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਟਾਪ ਤੋਂ ਟੋਟਲ ਤੱਕ 500 ਕਰੋੜ ਰੁਪਏ ਰੱਖੀ ਗਈ ਹੈ ਇਹਦੇ ਵਿੱਚ ਜਿਹੜਾ ਹੈਗਾ ਫੂਡ ਪ੍ਰੋਸੈਸਿੰਗ ਮੰਤਰਾਲਾ ਜਿਹੜਾ ਹੈਗਾ ਇਹਦੇ ਵਿੱਚ ਆਪਣਾ ਟਮਾਟਰ ਹੈ ਪਿਆਜ਼ ਹੈ ਇੱਥਾਂ ਹੋਰ ਸਬਜ਼ੀਆਂ ਹੈ ਇਹਨਾਂ ਨੂੰ ਜਿਹੜਾ ਹੈਗਾ ਭੰਡਾਰਨ ਕਰਨ ਵਾਸਤੇ ਕੋल्ड ਸਟੋਰ ਤੱਕ ਲੈ ਕੇ ਜਾਣ ਵਾਸਤੇ ਕੋल्ड ਸਟੋਰ ਬਣਾਉਣ ਵਾਸਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਹੈਗਾ 50% ਸਬਸਿਡੀ ਸਰਕਾਰ ਉਪਲਬਧ ਕਰਾਏਗੀ ਕਾਦੇ ਵਾਸਤੇ ਵਿਨ ਬਜਾਰਾਂ ਤੋਂ ਆਵਾਜਾਈ ਤੇ 50% ਸਬਸਿਡੀ ਭੰਡਾਰਨ ਤੇ 50% ਸਬਸਿਡੀ ਜਿਹਦੇ ਵਿੱਚ ਕੋल्ड ਸਟੋਰ ਸ਼ਾਮਲ ਹੈ ਤੇ ਅਗਲੇ 6 ਮਹੀਨਿਆਂ ਲਈ ਇਹ ਪਾਇਲਟ ਦੇ ਪ੍ਰੋਜੈਕਟ ਦੇ ਤੌਰ ਤੇ ਚੱਲੇਗਾ ਤਾਂ ਇਹਦੇ ਨਾਲ ਫਾਇਦਾ ਇਹ ਮਿਲੇਗਾ ਕਿ ਕਿਸਾਨ ਦੂਰ ਦੀਆਂ ਮੰਡੀਆਂ ਤੱਕ ਆਪਣੀਆਂ ਸਮਾਨ ਪਹੁੰਚਾ ਸਕੇਗਾ ਕਿਉਂਕਿ ਕਿਰਾਇਆ ਅੱਧਾ ਸਰਕਾਰ ਦੇ ਰਹੀ ਹੈ ਜਿਹਦੇ ਨਾਲ ਸਰਕਾਰ ਕਿਸਾਨ ਨੂੰ ਚੰਗਾ ਰੇਟ ਮਿਲ ਸਕੇਗਾ ਪਹਿਲਾ ਪ੍ਰੋਜੈਕਟ ਪਾਇਲਟ ਬੇਸ ਤੇ ਚੱਲੇਗਾ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਅੱਗਾ ਵਧਾ ਦਿੱਤਾ ਜਾਊਗਾ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਪ੍ਰਸ਼ਾਸਨਿਕ ਸੁਧਾਰ ਕਰਨ ਦਾ ਗੱਲ ਕੀਤੀ ਹੈ ਪ੍ਰਸ਼ਾਸਨਿਕ ਸੁਧਾਰ ਦੇ ਵਿੱਚ ਕਿਸਾਨਾਂ ਨੂੰ ਚੰਗਾ ਰੇਟ ਮਿਲੇ ਉਹਦੇ ਆਸਤੇ ਕੀ ਕੀਤਾ ਹੈਗਾ ਮੁੱਲ ਪ੍ਰਾਪਤੀ ਨੂੰ ਸਮਰਥਨ ਕਰਨ ਵਾਸਤੇ ਜ਼ਰੂਰੀ ਵਸਤਾਂ ਬਾਰੇ ਕਾਨੂੰਨ ਵਿੱਚ ਸੋਧ ਕੀਤੀ ਹੈ ਪਰ ਗੱਲ ਫੇਰ ਮੇਰੀ ਉੱਥੇ ਹੀ ਆ ਗਈ ਹੈ ਕਿ ਸਾਡਾ ਕਿਸਾਨ ਇੰਨਾ ਸ਼ਕਤੀਸ਼ਾਲੀ ਨਹੀਂ ਹੈਗਾ ਕਿ ਉਹ ਚੀਜ਼ਾਂ ਨੂੰ ਆਪਦੇ ਘਰੇ ਸਟੋਰ ਕਰ ਸਕੇ ਤਾਂ ਜੇ ਤਾਂ ਤੁਸੀਂ ਥੋੜੇ ਐਕਟਿਵ ਹੋਵੋਗੇ ਕਿਸਾਨਾਂ ਦੇ ਗਰੁੱਪ ਬਣਾਓਗੇ ਤਾਂ ਇਹਦਾ ਫਾਇਦਾ ਲੈ ਲਓਗੇ ਤਾਂ ਨਹੀਂ ਤਾਂ ਇਹਦਾ ਫਾਇਦਾ ਫਿਰ ਜਿਹੜੇ ਬਾਜ਼ਾਰ 'ਚ ਬੈਠੇ ਆ ਉਹਨਾਂ ਨੂੰ ਹੀ ਮਿਲਣਾ ਕਿ ਅਗਲਿਆਂ ਨੇ ਜਿਹੜਾ ਹੈਗਾ ਅਨਾਜ ਸਟੋਰ ਕਰ ਲਿਆ ਪਿਆਜ਼ ਸਟੋਰ ਕਰ ਲਿਆ ਗੰਡੇ ਸਟੋਰ ਕਰ ਲਏ ਕਿਉਂਕਿ ਸਰਕਾਰ ਕੀ ਹੈ ਕਿ ਇਸ ਕਾਨੂੰਨ 'ਚ ਸੋਧ ਕਰ ਰਹੀ ਹੈ ਕਿ ਤੁਸੀਂ ਕਿੰਨਾ ਵੀ ਸਟੋਰ ਕਰ ਸਕਦੇ ਹੋ ਤਾਂ ਤੁਹਾਡੇ ਕੋਲੋਂ ਫਾਇਦਾ ਨਿਕਲ ਜਾਣਾ ਜੇ ਤੁਸੀਂ ਲੈ ਸਕਦੇ ਹੋ ਤਾਂ ਤਾਂ ਇਸ ਸਕੀਮ ਦਾ ਤੁਹਾਨੂੰ ਫਾਇਦਾ ਹੈ ਤਾਂ ਫਿਰ ਕੀ ਹੈ ਕਿ ਸਰਕਾਰ ਲਾਜ਼ਮੀ ਵਸਤੂ ਨਿਯਮ 'ਚ ਸੋਧ ਕਰੇਗੀ ਅਨਾਜ ਖਾਦ ਤੇਲ ਤਿਲਾਵਾਲੇ ਬੀਜ ਦਾਲਾਂ ਪਿਆਜ਼ ਆਲੂ ਸਮੇਤ ਖੇਤੀ ਸਮਗਰੀ ਨੂੰ ਡੀ ਰੈਗੂਲੇਟਡ ਕਰ ਦਿੱਤਾ ਜਾਊਗਾ ਕੀਮਤਾਂ ਵਿੱਚ ਵਾਧੇ ਦੇ ਨਾਲ ਰਾਸ਼ਟਰੀ ਆਪਦਾ ਅਕਾਲ ਜੀਆਂ ਬਹੁਤ ਸਾਰੀਆਂ ਸਧਾਰਨ ਸਥਿਤੀਆਂ ਵਿੱਚ ਸਟਾਕ ਸੀਮਾ ਲਾਗੂ ਕੀਤੀ ਜਾਵੇਗੀ ਕਿ ਸਟਾਕ ਸੀਮਾ ਕੇਵਲ ਉਹਦੇ ਹੀ ਲਾਗੂ ਕੀਤੀ ਜਾਊਗੀ ਜਦੋਂ ਕੀਮਤਾਂ 'ਚ ਬਹੁਤ ਜ਼ਿਆਦਾ ਵਾਧਾ ਹੋ ਜੇ ਜਾਂ ਕੋਈ ਮੁਸ਼ਕਲ ਹਾਲਾਤ ਹੋਣ ਬਾਕੀ ਟਾਈਮ ਦੇ ਵਿੱਚ ਸਟਾਕ ਲਿਮਿਟ ਖਤਮ ਕਰੇਗੀ ਸਰਕਾਰ ਇਸ ਦੇ ਇਲਾਵਾ ਕੋਈ ਵੀ ਅਜਿਹੀ ਸਟਾਕ ਸੀਮਾ ਪ੍ਰੋਸੈਸਰ ਜਾਂ ਮੁੱਲ ਲੜੀ ਪ੍ਰਤੀਭਾਗੀ ਵਿੱਚ ਲਾਗੂ ਨਹੀਂ ਹੋਵੇਗੀ ਜੋ ਉਹਨਾਂ ਦੀ ਸਥਾਪਿਤ ਸਮਰੱਥਾ ਅਧੀਨ ਨਿਰਯਾਤ ਮੰਗ ਦੇ ਅਧੀਨ ਕਿਸੇ ਵੀ ਨਿਰਯਾਤਕ ਦੇ ਅਧੀਨ ਹੋਵੇਗੀ ਮਤਲਬ ਕਿ ਜੇ ਤਾਂ ਹੁਣ ਤੁਸੀਂ ਐਕਟਿਵ ਹੋ ਕੇ ਪਾਰਟਿਸਪੇਟ ਕਰੋਗੇ ਤਾਂ ਇਸ ਚੀਜ਼ ਦਾ ਫਾਇਦਾ ਲੈ ਲੋਗੇ ਨਹੀਂ ਤਾਂ ਬਾਜ਼ਾਰ ਦੇ ਵਿੱਚ ਜਿਹੜੇ ਸਟਾਕਸਟ ਬੈਠੇ ਆ ਉਹ ਹੀ ਇਸ ਸਕੀਮ ਦਾ ਫਾਇਦਾ ਲੈਣਗੇ ਚੇਂਜ ਬਹੁਤ ਵੱਡੀ ਹੈ ਇਹ ਇਸ ਤੋਂ ਅਗਲਾ ਕਿਸਾਨਾਂ ਨੂੰ ਮਾਰਕੀਟਿੰਗ ਦੇ ਵਿਕਲਪ ਦੇਵੇਗੀ ਸਰਕਾਰ ਜਿਦੇ ਵਿੱਚ ਕਿਸਾਨ ਨੂੰ ਜਿਹੜੀ ਉਹਦੀ ਉਪਜ ਹੈ ਉਹਦਾ ਚੰਗਾ ਮੁੱਲ ਮਿਲੇ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਤੁਸੀਂ ਆਪਣਾ ਜੈਂਸ ਵੇਚ ਸਕੋ ਜਿਸ ਤਰ੍ਹਾਂ ਕਿ ਹੁਣ ਅਸੀਂ ਆਪਣੀ ਪੰਜਾਬ ਵਾਲੇ ਹਰਿਆਣਾ ਚ ਨਹੀਂ ਵੇਚ ਸਕਦੇ ਪਿਛਲੇ ਟਾਈਮ ਚ ਦਿੱਕਤ ਆਈ ਹੈ ਤਾਂ ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਬਣਾਏਗੀ ਕਿ ਇੱਕ ਵਿਅਕਤੀ ਪੂਰੇ ਭਾਰਤ ਚ ਕਿਤੇ ਵੀ ਆਪਣੀ ਜੈਂਸ ਨੂੰ ਵੇਚ ਸਕਦਾ ਜਿੱਥੇ ਉਹਨੂੰ ਰੇਟ ਵੱਧ ਮਿਲੇ ਤਾਂ ਖੇਤੀ ਉਪਜ ਦੀ ਈ-ਟ੍ਰੇਡਿੰਗ ਦੇ ਲਈ ਰੂਪਰੇਖਾ ਸਰਕਾਰ ਤਿਆਰ ਕਰ ਰਹੀ ਹੈ ਖੇਤੀ ਉਪਜ ਮੁੱਲ ਨਿਰਧਾਰਨ ਤੇ ਗੁਣਵਤਾ ਭਰੋਸਾ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਕਿਸਾਨਾਂ ਨੂੰ ਸੁਚਾਰੂ ਪਾਰਦਰਸ਼ੀ ਤਰੀਕੇ ਨਾਲ ਪ੍ਰੋਸੈਸਰ ਐਗਰੀਗੇਟਰ ਵੱਡੇ ਰਿਟੇਲਰ ਤੇ ਨਿਰਯਾਤਕਾਂ ਦੇ ਨਾਲ ਜੁੜਨ ਦਾ ਮੌਕਾ ਦੇਵੇਗੀ ਤੇ ਇਹ ਉਹਨਾਂ ਦੇ ਸਮਰੱਥ ਬਣਾਵੇਗੀ ਕਿ ਤੁਸੀਂ ਉਹਨਾਂ ਨਾਲ ਸਿੱਧੇ ਰੂਪ ਚ ਜੁੜ ਸਕੋ ਤਾਂ ਇਹਦੇ ਲਈ ਇੱਕ ਇਨਫਰਾਸਟ੍ਰਕਚਰ ਡਵੈਲਪ ਕੀਤਾ ਜਾਊਗਾ ਜਿਦੇ ਵਿੱਚ ਕਿਸਾਨ ਦਾ ਰਿਸਕ ਘੱਟ ਹੋਵੇ ਤੇ ਕਿਸਾਨ ਨੂੰ ਪੈਸਾ ਜ਼ਿਆਦਾ ਮਿਲੇ ਮਤਲਬ ਕਿ ਇਹ ਕੋਸ਼ਿਸ਼ ਸਰਕਾਰ ਕਰੇਗੀ ਕਿ ਕਿਸਾਨ ਨੂੰ ਉਹਦੀ ਉਪਜ ਦਾ ਵੱਧ ਮੁੱਲ ਮਿਲੇ ਦੇਖਣ ਨੂੰ ਸਕੀਮਾਂ ਬਹੁਤ ਸੁਣੀ ਹੈ ਪਰੰਤੂ ਜਿਹੜੇ ਹਾਲਾਤ ਹੈ ਉਹ ਇਹ ਲੱਗਦਾ ਹੈ ਕਿ ਕਿਸਾਨ ਇਹਨਾਂ ਦਾ ਫਾਇਦਾ ਨਹੀਂ ਲੈ ਸਕੇਗਾ ਕਿਉਂਕਿ ਕਿਸਾਨ ਇੰਨਾ ਜਾਗਰੂਕ ਹੀ ਨਹੀਂ ਹੈਗਾ ਹਜੇ ਤੱਕ ਅਸੀਂ ਕਿੰਨੇ ਕਨੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਈਆਂ ਤਾਂ ਅਸੀਂ ਕਿੰਨੇ ਕਨੇ ਜਿਹੜਾ ਹੈਗਾ ਇਸ ਸਮੇਂ ਸੈਲਫ ਹੈਲਪ ਗਰੁੱਪ ਬਣਾਇਆ ਹੈ ਅਸੀਂ ਕੇਵਲ ਇੱਕ ਗਰੁੱਪ ਬਣਾਇਆ ਸੀ ਸੰਧ ਖਰੀਦਣ ਆਸਤੇ ਤੇ ਉਹ ਵੀ ਅਸੀਂ ਤੋੜਤਾ ਸੰਧ ਵੀ ਵੰਡ ਲਈ ਕਹਿਣ ਦਾ ਮਤਲਬ ਇਹ ਕਿ ਇਹ ਫਿਰ ਸਕੀਮਾਂ ਜਿਹੜੀਆਂ ਹੈਗੀਆਂ ਕਿਸਾਨ ਆਸਤੇ ਕੋਈ ਲਹਾਇਬੰਦ ਨਹੀਂ ਹੋਣਗੀਆਂ ਜੇ ਕਿਸਾਨ ਐਕਟਿਵ ਹੋ ਕੇ ਇਹਨਾਂ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦਾ ਤਾਂ ਫਿਰ ਕੈਪਟਨ ਸਾਹਿਬ ਦਾ ਬਿਆਨ ਯਾਦ ਹੈ ਕਿ ਇਹ ਸਕੀਮਾ ਕਿਸਾਨ ਆਸਤੇ ਇੱਕ ਜੁਮਲਾ ਬਣ ਕੇ ਸਾਬਤ ਹੋਣਗੀਆਂ ਜੋ ਕਿਸਾਨ ਚਾਹੁੰਦਾ ਸੀ ਕਿ ਉਹਨੂੰ ਡਾਇਰੈਕਟਲੀ ਬੈਨੀਫਿਟ ਹੋਵੇ ਉਹਨੂੰ ਕਣਕ ਦੇ ਉੱਤੇ ਬੋਨਸ ਮਿਲੇ ਸਰਕਾਰ ਨੇ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਜੋ ਕਿਸਾਨ ਅੱਗੇ ਵਧ ਕੇ ਇਹਦਾ ਫਾਇਦਾ ਲੈ ਲੈਣਗੇ ਉਹਨਾਂ ਕਿਸਾਨਾਂ ਆਸਤੇ ਵਾਕਿਆ ਹੀ ਇਹ ਚੀਜ਼ ਇੱਕ ਲਾਈਫ ਚੇਂਜਿੰਗ ਹੋਊਗੀ ਤਾਂ ਉਹਨਾਂ ਦਾ ਜਿਹੜਾ ਹੈਗਾ ਜੀਵਨ ਬਦਲਣ ਵਾਲੀ ਹੋਏਗੀ ਆਮ ਕਿਸਾਨ ਵਾਸਤੇ ਕੁਝ ਵੀ ਨਹੀਂ ਜਿਹੜੇ ਅਗਾਂਹ ਵਧੂ ਕਿਸਾਨ ਹੈ ਉਹ ਇਹਨਾਂ ਦਾ ਲਾਹਾ ਲੈ ਸਕਦੇ ਆ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ